ਗਾਇਸ, ਇਸ ਵੀਡੀਓ ਵਿੱਚ ਤੁਹਾਡੇ ਨਾਲ ਸ਼ੇਅਰ ਕਰਨ ਵਾਲੇ ਹਾਂ ਕਿ ਕਿਸ ਤਰੀਕੇ ਨਾਲ ਤੁਸੀਂ ਆਪਣੇ ਮੋਬਾਈਲ ਦੇ ਵਿੱਚ ਹੀ ਆਪਣਾ ਯੂਟਿਊਬ ਚੈਨਲ ਕ੍ਰੀਏਟ ਕਰ ਸਕਦੇ ਹੋ। ਗਾਇਸ, ਸਭ ਤੋਂ ਪਹਿਲਾਂ ਆਪਾਂ ਆਪਣੀ ਨਿਊ ਜੀਮੇਲ ਆਈਡੀ ਕ੍ਰੀਏਟ ਕਰਾਂਗੇ, ਉਸਦੇ ਲਈ ਆਪਾਂ ਯੂਟਿਊਬ ਐਪਲੀਕੇਸ਼ਨ ਹੀ ਓਪਨ ਕਰ ਲਵਾਂਗੇ। ਓਪਨ ਕਰਨ ਤੋਂ ਬਾਅਦ ਆਪਾਂ ਆਪਣੀ ਪ੍ਰੋਫਾਈਲ 'ਤੇ ਜਾਵਾਂਗੇ ਅਤੇ ਪ੍ਰੋਫਾਈਲ 'ਤੇ ਜਾਣ ਤੋਂ ਬਾਅਦ ਸਵਿਚ ਅਕਾਊਂਟ 'ਤੇ ਕਲਿੱਕ ਕਰ ਦੇਵਾਂਗੇ। ਥੱਲੇ ਮੈਨੇਜ ਅਕਾਊਂਟ ਦੀ ਆਪਸ਼ਨ ਆ ਰਹੀ ਹੈ, ਉਸ 'ਤੇ ਕਲਿੱਕ ਕਰਾਂਗੇ। ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਥੋੜ੍ਹਾ ਜਿਹਾ ਲੋਡਿੰਗ ਹੋ ਰਿਹਾ, ਲੋਡਿੰਗ ਤੋਂ ਬਾਅਦ ਆਪਾਂ ਨੂੰ ਕ੍ਰੀਏਟ ਅਕਾਊਂਟ ਦੀ ਆਪਸ਼ਨ ਦੇਖਣ ਨੂੰ ਮਿਲ ਰਹੀ ਹੈ। ਇਸ 'ਤੇ ਕਲਿੱਕ ਕਰਨ ਤੋਂ ਬਾਅਦ ਫੋਰ ਮਾਈ ਪਰਸਨਲ ਯੂਜ਼ ਆਪਾਂ ਅਕਾਊਂਟ ਸਿਲੈਕਟ ਕਰਾਂਗੇ। ਉਸ ਤੋਂ ਬਾਅਦ ਫੁੱਲ ਨੇਮ ਤੁਸੀਂ ਇੱਥੇ ਆਪਣਾ ਫੁੱਲ ਨੇਮ ਸਰਨੇਮ ਜੋ ਵੀ ਤੁਸੀਂ ਰੱਖਣਾ ਚਾਹੁੰਦੇ ਹੋ, ਇੱਥੇ ਜੋ ਵੀ ਆਪਾਂ ਨੇਮ ਆਪਣਾ ਰੱਖਣਾ ਫੁੱਲ ਨੇਮ ਸਰਨੇਮ ਜੋ ਵੀ ਉਸਨੂੰ ਐਂਟਰ ਕਰਨ ਤੋਂ ਬਾਅਦ ਨੈਕਸਟ 'ਤੇ ਕਲਿੱਕ ਕਰਾਂਗੇ। ਉਸ ਤੋਂ ਬਾਅਦ ਆਪਾਂ ਆਪਣੀ ਡੇਟ ਆਫ ਬਰਥ ਜਿਹੜੀ ਆ ਉਹ ਇੱਥੇ ਐਂਟਰ ਕਰਨੀ ਹੈ। ਡੇਟ ਆਫ ਬਰਥ ਐਂਟਰ ਕਰਨ ਤੋਂ ਬਾਅਦ ਆਪਾਂ ਇੱਥੇ ਨੈਕਸਟ 'ਤੇ ਕਲਿੱਕ ਕਰ ਦੇਣਾ ਹੈ। ਇੱਥੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਆਪਾਂ ਨੂੰ ਆਪਸ਼ਨ ਆ ਰਹੀਆਂ, ਆਪਾਂ ਆਪਣਾ ਓਨ ਈਮੇਲ ਐਡਰੈਸ ਵੀ ਕ੍ਰੀਏਟ ਕਰ ਸਕਦੇ ਹਾਂ, ਬਟ ਮੈਂ ਫਸਟ ਵਾਲੇ ਆਪਸ਼ਨ 'ਤੇ ਕਲਿੱਕ ਕਰ ਦੇਵਾਂਗਾ ਆਫੀਸ਼ੀਅਲ ਲਵ 33 'ਤੇ। ਇਸ 'ਤੇ ਕਲਿੱਕ ਕਰਨ ਤੋਂ ਬਾਅਦ ਇੱਥੇ ਪਾਸਵਰਡ ਦੀ ਆਪਸ਼ਨ ਹੈ, ਪਾਸਵਰਡ ਆਪਾਂ ਐਂਟਰ ਕਰ ਲੈਣਾ ਆਪਣਾ ਕੋਈ ਵਧੀਆ ਜਿਹਾ ਸਟਰੋਂਗ ਜਿਹਾ ਪਾਸਵਰਡ। ਉਸ 'ਤੇ ਕਲਿੱਕ ਕਰਨ ਤੋਂ ਬਾਅਦ ਜਿੰਨੀਆਂ ਵੀ ਆਪਸ਼ਨ ਆ ਰਹੀਆਂ, ਯੈਸ ਆਈ ਐਮ ਇਨ, ਇਸ ਤੋਂ ਬਾਅਦ ਇੱਕ ਹੋਰ ਆਈ ਨੈਕਸਟ ਦੀ, ਉਸ ਤੋਂ ਬਾਅਦ ਇੱਕ ਹੋਰ ਆਈ ਹੈ ਜਿਹੜੀ ਤੁਸੀਂ ਦੇਖ ਸਕਦੇ ਆਈ ਐਗਰੀ ਦੀ। ਇਸ ਸਾਰੀਆਂ ਆਪਸ਼ਨ ਨੂੰ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਆਪਣਾ ਜਿਹੜੀ ਜੀਮੇਲ ਆਈਡੀ ਆ ਉਹ ਕ੍ਰੀਏਟ ਹੋ ਜਾਏਗੀ। ਥੋੜ੍ਹਾ ਜਿਹਾ ਲੋਡਿੰਗ ਹੋਏਗਾ, ਉਸ ਤੋਂ ਬਾਅਦ ਆਪਣੀ ਜੀਮੇਲ ਆਈਡੀ ਤੁਸੀਂ ਸਾਹਮਣੇ ਦੇਖ ਸਕਦੇ ਕ੍ਰੀਏਟ ਹੋ ਗਈ ਹੈ। ਹੁਣ ਆਪਾਂ ਇਸ ਨੂੰ ਚੈਨਲ ਤੱਕ ਚੈਨਲ ਕ੍ਰੀਏਟ ਕਰਨਾ ਇਸ ਜੀਮੇਲ ਆਈਡੀ 'ਤੇ। ਉਸ ਤੋਂ ਬਾਅਦ ਚੈਨਲ ਕ੍ਰੀਏਟ ਕਰਨ ਲਈ ਉੱਪਰ ਤੁਸੀਂ ਪ੍ਰੋਫਾਈਲ 'ਤੇ ਕਲਿੱਕ ਕਰਨਾ ਜਿੱਥੇ ਆਫੀਸ਼ੀਅਲ ਲਵ ਲਿਖਿਆ ਹੋਇਆ। ਉਸ ਤੋਂ ਬਾਅਦ ਨੀਚੇ ਤੁਸੀਂ ਦੇਖ ਸਕਦੇ ਕ੍ਰੀਏਟ ਚੈਨਲ ਦੀ ਆਪਸ਼ਨ ਆ ਰਹੀ ਹੈ, ਇਸ 'ਤੇ ਆਪਾਂ ਕਲਿੱਕ ਕਰ ਦੇਣਾ। ਕਲਿੱਕ ਕਰਨ ਤੋਂ ਬਾਅਦ ਆਪਣਾ ਚੈਨਲ ਕ੍ਰੀਏਟ ਹੋ ਗਿਆ, ਬਸ ਇਹ ਛੋਟਾ ਜਿਹਾ ਆਪਾਂ ਕੰਮ ਕਰਨਾ ਹੈ। ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਆਪਾਂ ਆਪਣੀ ਪ੍ਰੋਫਾਈਲ 'ਤੇ ਜਾਵਾਂਗੇ, ਕ੍ਰੀਏਟ ਦੀ ਆਪਸ਼ਨ ਆ ਰਹੀ ਹੈ, ਇੱਥੋਂ ਆਪਾਂ ਵੀਡੀਓਜ਼ ਜਿਹੜੀਆਂ ਉਹ ਕ੍ਰੀਏਟ ਕਰ ਸਕਦੇ ਹਾਂ, ਸ਼ਾਰਟ ਵੀਡੀਓ, ਲੌਂਗ ਵੀਡੀਓ, ਲਾਈਵ ਵਗੈਰਾ ਸਭ ਕੁਝ ਆਪਾਂ ਕ੍ਰੀਏਟ ਕਰ। ਜੇਕਰ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ।